वेलकम टू यूट्यूब चैनल जसदा तड़का। अज तुहानू दसांगे कि बैंगनी किदां तैयार कीती जांदी है। हुण तक जे तुसी साडा चैनल सबसक्राइब नहीं कीता तां प्लीज़ सबसक्राइब करो। बैंगनी तैयार करने लई सब तो पहला बैंगनी नू कट लगा लेने हैं। उस तो बाद लंबे स्लाइस आलू, टमाटर, प्याज, बारीक कटी हरी मिर्च, अदरक लहसुन। हम सब तो पहले आप कढ़ाई में तेल गर्म करांगे। तेल गर्म होने तो बाद आपां बैंगनी नू डीप फ्राई करांगे। हुण अपनी बैंगनी डीप फ्राई हो चुकी है, थोड़ी क्रिस्पी लगन लग गई है, तो आप इनू प्लेट च निकाल लांगे। बैंगनी फ्राई करने तो बाद इदां ही आपां आलू फ्राई कर लांगे। हुण अपने आलू भी थोड़े क्रिस्पी हो गए ने, आपां इन्हां नूं भी प्लेट च निकाल लांगे। दोनों चीज़ां फ्राई होने तो बाद आपां हुण तड़का लगावांगे। सब तो पहला तेल गर्म करांगे, फिर उस च थोड़ा जीरा ऐड करांगे। जीरा हल्का गोल्डन फ्राई करने तो बाद अदरक लहसुन फ्राई करांगे। हुण अपना अदरक लहसुन गोल्डन फ्राई हो चुके है, तो आप प्याज ऐड करांगे। प्याज ऐड करन तो बाद फिर इनू थोड़ा जिहा पकावांगे जब तक ये गोल्डन फ्राई ना हो जाए। हुण अपने प्याज गोल्डन फ्राई हो चुके हैं, तो आप इहदे विच थोड़ी हरी मिर्च ऐड करांगे। हरी मिर्च ऐड करन तो बाद थोड़ा पकावांगे। जदों तक अपना तड़का पक रहा उन्नी देर नूं आपां कुछ मसाले कौली विच ऐड करांगे। लाल मिर्च स्वाद अनुसार,
ਹਲਦੀ 1 ਚਮਚ ਨਮਕ ਸਵਾਦ ਅਨੁਸਾਰ ਥੋੜੀ ਕਾਲੀ ਮਿਰਚ ਥੋੜਾ ਧਨੀਆ ਪਾਊਡਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਹੁਣ ਇਧਰ ਆਪਣਾ ਤੜਕਾ ਵੀ ਪੱਕ ਕੇ ਤਿਆਰ ਆ ਹੁਣ ਆਪਾਂ ਇਹਦੇ ਵਿੱਚ ਟਮਾਟਰ ਐਡ ਕਰਾਂਗੇ ਹੁਣ ਆਪਾਂ ਟਮਾਟਰ ਐਡ ਕਰਨ ਤੋਂ ਬਾਅਦ ਇਹਨੂੰ ਥੋੜ੍ਹੀ ਦੇਰ ਢੱਕ ਕੇ ਪਕਾਵਾਂਗੇ ਦੋ ਤਿੰਨ ਮਿੰਟ ਬਾਅਦ ਆਪਣੇ ਟਮਾਟਰ ਥੋੜ੍ਹੇ ਗਲਣੇ ਸ਼ੁਰੂ ਹੋ ਜਾਂਦੇ ਆ ਤਾਂ ਆਪਾਂ ਇਹਨਾਂ ਦੇ ਉੱਪਰਲਾ ਛਿਲਕਾ ਉਤਾਰ ਦਾਂਗੇ ਇਹ ਛਿਲਕਾ ਥੋੜ੍ਹੀ ਦੇਰ ਪੱਕਣ ਤੋਂ ਬਾਅਦ ਆਸਾਨੀ ਨਾਲ ਉੱਤਰ ਜਾਏਗਾ ਇੱਦਾਂ ਹੀ ਸਾਰੇ ਟਮਾਟਰ ਦਾ ਛਿਲਕਾ ਉਤਾਰ ਦਾਂਗੇ ਹੁਣ ਆਪਣੇ ਟਮਾਟਰ ਚੰਗੀ ਤਰ੍ਹਾਂ ਗਲਣੇ ਸ਼ੁਰੂ ਹੋ ਗਿਆ ਤਾਂ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਥੋੜ੍ਹੀ ਦੇਰ ਪਕਾ ਲਾਂਗੇ ਜਦੋਂ ਆਪਣੇ ਟਮਾਟਰ ਚੰਗੀ ਤਰ੍ਹਾਂ ਪੱਕ ਜਾਣ ਤਾਂ ਆਪਾਂ ਜਿਹੜੇ ਮਸਾਲੇ ਮਿਕਸ ਕੀਤੇ ਸੀ ਉਹ ਐਡ ਕਰਾਂਗੇ ਮਸਾਲੇ ਐਡ ਕਰਨ ਤੋਂ ਬਾਅਦ ਥੋੜ੍ਹਾ ਜਿਹਾ ਪਾਣੀ ਐਡ ਕਰਾਂਗੇ ਫਿਰ ਇਹਨੂੰ ਥੋੜ੍ਹੀ ਦੇਰ ਪੱਕਣ ਲਈ ਛੱਡ ਦੇਵਾਂਗੇ ਹੁਣ ਆਪਣਾ ਮਸਾਲਾ ਚੰਗੀ ਤਰ੍ਹਾਂ ਪੱਕ ਕੇ ਤਿਆਰ ਆ ਆਪਾਂ ਇਹਦੇ ਵਿੱਚ ਥੋੜ੍ਹੀ ਮੇਥੀ ਐਡ ਕਰਾਂਗੇ ਮੇਥੀ ਐਡ ਕਰਨ ਤੋਂ ਬਾਅਦ ਥੋੜ੍ਹਾ ਗਰਮ ਮਸਾਲਾ ਐਡ ਕਰਾਂਗੇ ਇਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਥੋੜ੍ਹਾ ਪਕਾ ਲਾਂਗੇ ਜਦੋਂ ਮਸਾਲਾ ਚੰਗੀ ਤਰ੍ਹਾਂ ਪੱਕ ਜਾਵੇ ਤਾਂ ਆਪਾਂ ਇਹਦੇ ਵਿੱਚ ਬੈਂਗਣੀ ਔਰ ਆਲੂ ਫਰਾਈ ਕੀਤੇ ਹੋਏ ਐਡ ਕਰਾਂਗੇ ਹੁਣ ਮਸਾਲੇ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਥੋੜ੍ਹੀ ਦੇਰ ਢੱਕ ਕੇ ਪਕਾ ਲਾਂਗੇ ਦੇਖੋ ਫਰੈਂਡਸ 10 ਮਿੰਟ ਬਾਅਦ ਆਪਣੀ ਬੈਂਗਣੀ ਪੱਕ ਕੇ ਤਿਆਰ ਹੈ ਅਗਰ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ